ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਹੁਣੇ ਹੁਣੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਵੀ ਤੇਜ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਤੱਤੀਆਂ ਹਵਾਵਾਂ ਲੋਕਾਂ ਦੀ ਸਿਹਤ ਵਿਗਾੜ ਸਕਦੀਆਂ ਨੇ, ਸੋ ਅਜਿਹੇ 'ਚ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਝੋਨੇ ਲਈ ਪਾਣੀ ਲੋੜ ਮੁਤਾਬਕ ਹੀ ਲਗਾਉਣਾ ਚਾਹੀਦਾ ਹੈ, ਕਿਉਂਕਿ ਤੇਜ਼ ਧੁੱਪ ਦੀ ਤਪਸ਼ ਕਾਰਨ ਖੇਤਾਂ ਦਾ ਪਾਣੀ ਸੁੱਕ ਸਕਦਾ ਹੈ, ਕਿਉਂਕਿ ਮੀਂਹ ਪੈਣ ਦੇ ਆਸਾਰ ਹਾਲੇ ਨਜ਼ਰ ਨਹੀਂ ਆ ਰਹੇ। ਬੀਜੇ ਕੁਝ ਦਿਨ ਗਰਮੀ ਤੋਂ ਜਿਹੜੀ ਰਾਹਤ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦਾ ਜਿਹੜਾ ਤਾਪਮਾਨ ਰਹੇਗਾ? ਹਾਂਜੀ, ਪਿੱਛੇ ਆਪਾਂ ਜਿਸ ਤਰ੍ਹਾਂ ਦੇਖਿਆ ਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜੀ ਅਪਰੋਚ ਕੀਤੀ ਹੈ ਉਹਦੇ ਨਾਲ ਟੈਂਪਰੇਚਰਸ ਦੇ ਵਿੱਚ ਥੋੜ੍ਹਾ ਜਿਹਾ ਫਾਲ ਦੇਖਿਆ ਗਿਆ, ਪਰ ਹੁਣ ਫਿਰ ਜਿਸ ਤਰ੍ਹਾਂ ਕਿ ਲੱਗ ਰਿਹਾ ਕਿ ਟੈਂਪਰੇਚਰਸ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਆਏਗਾ, ਕਿਉਂਕਿ ਮਈ ਦੇ ਵਿੱਚ ਦੇਖਿਆ ਗਿਆ ਕਿ ਬਿਲਕੁਲ ਬਾਰਿਸ਼ ਨਹੀਂ ਹੋਈ, ਡਰਾਈ ਵੈਦਰ ਰਿਹਾ ਔਰ ਕੰਟੀਨਿਊਸਲੀ ਟੈਂਪਰੇਚਰ ਵੱਧਦਾ ਰਿਹਾ, ਪਰ ਜੂਨ ਦੇ ਵਿੱਚ ਥੋੜ੍ਹਾ ਜਿਹਾ ਵੈਸਟਰਨ ਡਿਸਟਰਬੈਂਸ ਆਉਣ ਦੇ ਨਾਲ ਟੈਂਪਰੇਚਰ ਦੇ ਵਿੱਚ ਤਾਂ ਫਾਲ ਆਈ ਹੈ, ਪਰ ਬਾਰਿਸ਼ ਹਲੇ ਵੀ ਜਿਹੜੀ ਨੋਰਮਲ ਨਾਲੋਂ ਕਾਫੀ ਘੱਟ ਹੋਈ ਹੈ, ਕਿਉਂਕਿ ਸਾਡੇ ਕੋਲ ਜਿਹੜੇ ਆਹ ਜਿਹੜੇ ਫਸਟ 2 ਵੀਕਸ ਹੁੰਦੇ ਆ ਜੂਨ ਦੇ, ਉਹਦੇ ਸਾਡੇ ਕੋਲ 15-20 ਮਿਲੀਮੀਟਰ ਤੱਕ ਬਾਰਿਸ਼ ਹੋਣੀ ਆਉਣੀ ਚਾਹੀਦੀ ਹੈ, ਪਰ ਸਾਡੇ ਕੋਲ ਸਿਰਫ 4 ਮਿਲੀਮੀਟਰ ਬਾਰਿਸ਼ ਜਿਹੜੀ ਉਹ ਰਿਕਾਰਡ ਕੀਤੀ ਗਈ ਹੈ, ਜਿਹਦੇ ਨਾਲ ਕਿ ਹਲੇ ਵੀ ਲੱਗ ਰਿਹਾ ਕਿ ਕਾਫੀ ਡਰਾਈ ਵੈਦਰ ਪਿੱਛੇ ਜੇ ਰਿਹਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁਣ ਜਿਸ ਤਰ੍ਹਾਂ ਕਿ ਟੈਂਪਰੇਚਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਤਾਂ ਫਿਰ ਜਿਹੜੀ IMD ਵੱਲੋਂ ਸਾਨੂੰ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਔਰੇਂਜ ਅਲਰਟ ਜਿਹੜਾ ਉਹ ਹੋ ਸਕਦਾ, ਅਤੇ ਜਿਹੜੀ ਮੋਡਰੇਟ ਟੂ ਸਵੀਅਰ ਹੀਟ ਵੇਵ ਦੀ ਫਿਰ ਪ੍ਰੋਡਿਕਸ਼ਨ ਦਿੱਤੀ ਗਈ ਹੈ, ਸੋ ਹਲੇ 15 ਤਰੀਕ ਤੱਕ ਸਾਡੇ ਕੋਲ ਇਸ ਤਰ੍ਹਾਂ ਹੀ ਟੈਂਪਰੇਚਰਸ ਜਿਹੜੇ ਉਹ ਰਾਈਜ਼ ਕਰਨਗੇ ਅਤੇ ਸਾਨੂੰ ਹੀਟ ਵੇਵ ਦਾ ਸਾਹਮਣਾ ਕਰਨਾ ਪਏਗਾ। ਪਿਛਲੇ ਸਾਲਾਂ ਨਾਲੋਂ ਕਿੰਨਾ ਕੁ ਫਰਕ ਆ ਅਤੇ ਕਿੰਨੇ ਕੁ ਰਾਈਜ਼ ਜਿਹੜੇ ਨੇ ਉਸ ਸਾਲ ਦੇ ਮੁਕਾਬਲੇ? ਹਾਂ, ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਵਾਰੀ ਕੰਪੈਰੇਟਿਵਲੀ ਟੈਂਪਰੇਚਰਸ ਜ਼ਿਆਦਾ ਨੇ, ਕਿਉਂਕਿ ਪਿਛਲੇ ਸਾਲ ਜਿਹੜਾ ਜੂਨ ਦੇ ਵਿੱਚ ਸਾਡੇ ਕੋਲ ਟੈਂਪਰੇਚਰਸ 40 ਦੇ ਨੀਅਰ ਅਬਾਊਟ ਰਹੇ ਸੀਗੇ, ਬਟ ਹੁਣ ਸਾਡੇ ਕੋਲ 42 ਤੱਕ ਵੀ ਜਿਹੜਾ ਇਸ ਹਫ਼ਤੇ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਹੀ ਬਾਰਿਸ਼ ਵੀ ਪਿਛਲੇ ਸਾਲ ਜਿਹੜੀ ਜੂਨ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਗਈ ਸੀਗੀ, ਫਸਟ ਵੀਕ ਦੇ ਵਿੱਚ ਜਾਂ ਸੈਕਿੰਡ ਵੀਕ ਦੇ ਵਿੱਚ ਵੀ ਮਤਲਬ ਨੀਅਰ ਅਬਾਊਟ 10 ਮਿਲੀਮੀਟਰ ਤੱਕ ਬਾਰਿਸ਼ ਸੀਗੀ, ਅਤੇ ਟੈਂਪਰੇਚਰ ਜਿਹੜੀ ਰਿਲੇਟਿਵ ਹਿਊਮਿਡਿਟੀ ਹੈ ਉਹ ਵੀ ਜ਼ਿਆਦਾ ਸੀਗੀ ਜਿਸ ਤਰ੍ਹਾਂ ਕਿ ਇਹਦੇ ਇਸ ਵਾਰੀ ਦੇ ਕੰਪੈਰੇਟਿਵਲੀ, ਸੋ ਹੁਣ ਇਸ ਵਾਰੀ ਆਪਾਂ ਦੇਖਦੇ ਹਾਂ ਕਿ ਰਿਲੇਟਿਵ ਹਿਊਮਿਡਿਟੀ ਵੀ ਜਿਹੜੀ ਹੈ ਉਹ ਕਾਫੀ ਘੱਟ ਹੈ, ਡਰਾਈ ਵੈਦਰ ਚੱਲ ਰਿਹਾ, ਸੋ ਉਹਦੇ ਮੱਦੇਨਜ਼ਰ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਕਿ ਹੀਟ ਵੇਵ ਜਿਹੜੀ ਹੈ ਹਲੇ ਪਰਸਿਸਟ ਕਰੇਗੀ। ਜਿਸ ਤਰ੍ਹਾਂ ਝੋਨੇ ਦੀ ਬਿਜਾਈ ਜਿਹੜੀ ਹੈ ਉਸਦੀ ਸ਼ੁਰੂਆਤ ਹੋਣ ਵਾਲੀ ਹੈ, ਕੀ ਲੱਗਦਾ ਕਿਸਾਨ ਵੀਰਾਂ ਨੂੰ ਕੀ ਜਿਹੜੀ ਇਸ ਵਾਰ? ਦੇਖੋ, ਝੋਨੇ ਦੀ ਬਿਜਾਈ ਜਿਹੜੀ ਆਪਣੇ 20 ਜੂਨ ਤੋਂ ਜਿਹੜੀ ਉਹਦੀ ਲਵਾਈ ਸ਼ੁਰੂ ਹੋ ਜਾਂਦੀ ਹੈ ਪਨੀਰੀ ਦੀ, ਔਰ ਜਿਹੜੀ DSR ਦੀ ਹੈਗੀ ਆ ਉਹ ਵੀ ਸ਼ੁਰੂ ਹੋ ਚੁੱਕੀ ਹੈ, ਆਪਾਂ ਜੂਨ ਦੇ ਪਹਿਲੇ ਹਫ਼ਤੇ ਕਿਸਾਨ ਵੀਰ ਜਿਹੜੇ ਆ ਸ਼ੁਰੂ ਕਰ ਦਿੰਦੇ ਆ, ਸੋ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਜਿਹੜਾ ਪਾਣੀ ਮਤਲਬ ਅਗਰ ਬਾਰਿਸ਼ ਨਾਲ ਉਹਦੀ ਪਾਣੀ ਦੀ ਪੂਰਤੀ ਹੋ ਜਾਵੇ ਤਾਂ ਸਾਡੇ ਤੋਂ ਜਿਹੜਾ ਧਰਤੀ ਹੇਠਲਾ ਪਾਣੀ ਹੈ ਆਪਾਂ ਉਹਨੂੰ ਬਚਾ ਸਕਦੇ ਹਾਂ, ਪਰ ਜਿਸ ਤਰ੍ਹਾਂ ਕਿ ਹਲੇ ਬਾਰਿਸ਼ ਨਹੀਂ ਹੋ ਰਹੀ ਹੈਗੀ, ਟੈਂਪਰੇਚਰਸ ਵੀ ਬਹੁਤ ਜ਼ਿਆਦਾ ਚੱਲ ਰਹੇ ਨੇ, ਤਾਂ ਕਿਸਾਨ ਵੀਰਾਂ ਨੂੰ ਪਾਣੀ ਤਾਂ ਜ਼ਰੂਰ ਦੇਣਾ ਪਏਗਾ, ਬਟ ਫਿਰ ਵੀ ਉਨਾ ਕੀ ਸੰਜਮ ਨਾਲ ਪਾਣੀ ਵਰਤਣ ਜਿੰਨੀ ਲੋੜ ਹੈਗੀ ਹੈ, ਕਿਉਂਕਿ ਆਲਰੇਡੀ ਇੰਨੀ ਜ਼ਿਆਦਾ ਇਵੈਪੋਰੇਸ਼ਨ ਹੋ ਰਹੀ ਹੈ, ਜੇ ਆਪਾਂ ਜ਼ਿਆਦਾ ਮਤਲਬ ਬਿਨਾਂ ਲੋੜ ਤੋਂ ਵੀ ਪਾਣੀ ਉੱਥੇ ਰੱਖੜਾ ਕਰਾਂਗੇ ਜਾਂ ਪਾਣੀ ਲਾਵਾਂਗੇ ਤਾਂ ਉਹ ਉਨੀ ਜਲਦੀ ਉੱਡੇਗਾ, ਕਿਉਂਕਿ ਇਵੈਪੋਰੇਸ਼ਨ ਬਹੁਤ ਇਹਨਾਂ ਦਿਨਾਂ 'ਚ ਹਾਈ ਹੋ ਜਾਂਦੀ ਹੈ ਜਦੋਂ ਟੈਂਪਰੇਚਰਸ ਹਾਈ ਹੁੰਦੇ ਹੈ, ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਏ ਕਿ ਆਪਾਂ ਉਨਾ ਹੀ ਸੰਜਮ ਨਾਲ ਪਾਣੀ ਵਰਤੀਏ ਜਿੰਨੀ ਉਹਦੀ ਲੋੜ ਹੈ। ਪਰ
ਆ ਦੇਖੋ, ਹਲੇ ਜਿਸ ਤਰ੍ਹਾਂ ਮੌਨਸੂਨ ਜਿਹੜਾ ਔਨਸੈਟ ਹੋਇਆ ਕੇਰਲਾ 'ਤੇ, ਉਹ ਤਾਂ ਕਾਫੀ ਅਰਲੀ ਹੋ ਗਿਆ, 2 ਦਿਨ ਪਹਿਲਾਂ ਹੀ ਆ ਗਿਆ। ਅਤੇ ਵੈਸੇ ਵੀ ਹੁਣ ਜਿਵੇਂ ਪੰਜਾਬ ਦੇ ਵਿੱਚ ਵੀ ਸਾਨੂੰ ਪ੍ਰੀ ਮੌਨਸੂਨ ਜਿਹੜੀ ਆ ਉਹਦੀ ਪ੍ਰਡਿਕਸ਼ਨ ਹੈਗੀ ਹੈ ਕਿ ਜੂਨ ਦੇ ਐਂਡ ਦੇ ਵਿੱਚ ਸਾਡੇ ਕੋਲ ਪ੍ਰੀ ਮੌਨਸੂਨ ਸ਼ਾਵਰਸ ਐਕਸਪੈਕਟਿਡ ਨੇ। ਅਤੇ ਵੀਕ ਮੌਨਸੂਨ ਦੀ ਹਾਲੇ ਤੱਕ ਸਾਡੇ ਕੋਲ ਕੋਈ ਪ੍ਰਡਿਕਸ਼ਨ ਨਹੀਂ ਹੈ, ਕਿਉਂਕਿ ਐਲਨੀਨੋ ਦਾ ਇਫੈਕਟ ਜਿਹੜਾ ਸੀਗਾ ਉਹ ਥੋੜ੍ਹਾ ਨਲੀਫਾਈ ਹੋ ਚੁੱਕਿਆ। ਸੋ ਜਿਸ ਤਰ੍ਹਾਂ ਟੈਂਪਰੇਚਰਸ ਵੱਧ ਰਹੇ ਨੇ, ਜਾਂ ਮਤਲਬ ਆਪਾਂ ਨੂੰ ਲੱਗ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਹੀਟ ਵੇਵ ਆ ਰਹੀ ਹੈ, ਸੋ ਉਸ ਤੋਂ ਤਾਂ ਸਾਨੂੰ ਲੱਗ ਰਿਹਾ ਕਿ ਉਹ ਫੇਵਰੇਬਲ ਹੈ ਮੌਨਸੂਨ ਦੇ ਵਾਸਤੇ, ਕਿਉਂਕਿ ਜਿੰਨਾ ਟੈਂਪਰੇਚਰ ਰਾਈਜ਼ ਹੋਊਗਾ ਉਨਾ ਹੀ ਜ਼ਿਆਦਾ ਪ੍ਰੈਸ਼ਰ ਡਿਵੈਲਪ ਹੋ ਕੇ ਮੌਨਸੂਨ ਜਿਹੜੀ ਹੈ ਉਹਨੂੰ ਮਤਲਬ ਫੇਵਰ ਕਰੇਗੀ। ਸੋ ਆਪਾਂ ਉਮੀਦ ਕਰਦੇ ਹੈਗੇ ਹਾਂ ਕਿ ਜਿਹੜਾ ਮੌਨਸੂਨ ਹੈ ਇਸ ਵਾਰੀ ਸਾਡੇ ਕੋਲ ਟਾਈਮਲੀ ਆਵੇ ਅਤੇ ਬਹੁਤ ਵਧੀਆ ਵੀ ਰਹੇ, ਤਾਂ ਕਿ ਸਾਡੀ ਜਿਹੜੀ ਝੋਨੇ ਦੀ ਫਸਲ ਹੈ ਜਾਂ ਸਾਡੀਆਂ ਹੋਰ ਜਿਹੜੀਆਂ ਸਾਉਣੀ ਦੀਆਂ ਫਸਲਾਂ ਨੇ ਉਹਨਾਂ ਲਈ ਇਹ ਲਾਹੇਵੰਦ ਰਹੇ। ਕਿਉਂਕਿ ਦੇਖੋ ਅਲਰਟ ਤਾਂ ਜਾਰੀ ਹੋ ਚੁੱਕਿਆ ਹੈਗਾ ਕਿ ਮੋਡਰੇਟ ਟੂ ਸਵੀਅਰ ਹੀਟ ਵੇਵ ਦੀ ਪ੍ਰਡਿਕਸ਼ਨ ਹੈਗੀ ਹੈ 2-3 ਦਿਨਾਂ ਦੇ ਵਿੱਚ। ਸੋ ਬਿਲਕੁਲ ਆਪਦੀਆਂ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕਿ ਆਮ ਲੋਕਾਂ ਨੂੰ ਵੀ, ਕਿ ਜਿਸ ਤਰ੍ਹਾਂ ਇਸ ਜਿਹੜੀ ਗਰਮੀ ਹੈ ਉਹਨੂੰ ਆਪਾਂ ਕਿਵੇਂ ਉਹਦਾ ਸਾਹਮਣਾ ਕਰਨਾ, ਪਾਣੀ ਦੀ ਆਪਣੇ ਜ਼ਰੂਰ ਜਿਹੜੇ ਆਪਣੇ ਕੋਲ ਰੱਖਣ ਜਦੋਂ ਵੀ ਪਾਣੀ ਆਪਾਂ ਬਾਹਰ ਜਾਣਾ ਜਾਂ ਕਿਸ ਤਰ੍ਹਾਂ। ਅਤੇ ਟਾਈਮਿੰਗਸ ਜਿਹੜੇ ਨੇ ਉਹੀ 12 ਤੋਂ 3-4 ਵਜੇ ਤੱਕ ਜਿਹੜਾ ਉਹ ਬਾਹਰ ਨਿਕਲਣਾ ਅਵੋਇਡ ਕੀਤਾ ਜਾਵੇ ਧੁੱਪੇ, ਤਾਂ ਕਿ ਜਿਹੜੀ ਉਹ ਤੋਂ ਇੰਨੀ ਜ਼ਿਆਦਾ ਇਨਸੋਲੇਸ਼ਨ ਹੁੰਦੀ ਹੈ ਹੀਟ ਦੀ, ਜਿਹੜੀ ਕਿ ਸਾਡੀ ਬੋਡੀ ਨੂੰ ਜ਼ਿਆਦਾ ਇਫੈਕਟ ਕਰਦੀ ਹੈ। ਜਦੋਂ ਵੀ ਬਾਹਰ ਨਿਕਲਣਾ ਜਾਂ ਸਨਸਕ੍ਰੀਨ ਲਾ ਕੇ ਜਾਂ ਸਨਗਲਾਸਿਸ ਲਗਾ ਕੇ ਨਿਕਲਿਆ ਜਾਵੇ, ਔਰ ਸਿਰ ਨੂੰ ਜਿਹੜਾ ਹਮੇਸ਼ਾ ਢੱਕ ਕੇ ਰੱਖਿਆ ਜਾਵੇ ਜਿੰਨਾ ਹੋ ਸਕੇ, ਤਾਂ ਕਿ ਜਿਹੜੀ ਡਾਇਰੈਕਟ ਹੀਟ ਹੈ ਸਾਡੇ ਸਿਰ 'ਤੇ ਉਹਦਾ ਜਿਹੜਾ ਅਸਰ, ਸਨ ਜਿਹੜਾ ਸਾਡਾ ਹੀਟ ਸਟ੍ਰੋਕ ਹੁੰਦੇ ਆ ਉਹ ਇਫੈਕਟ ਨਾ ਕਰ ਸਕੇ। ਸੋ ਹਰ ਜਿਹੜਾ ਤਰ੍ਹਾਂ ਦਾ ਬਚਾਅ ਆ ਉਹਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਵਾਰਨਿੰਗ ਆਲਰੇਡੀ ਇਸ਼ੂ ਹੋ ਚੁੱਕੀ ਹੈ। ਸੋ ਟੈਂਪਰੇਚਰ ਜਿਸ ਤਰ੍ਹਾਂ 42 ਤੱਕ ਤਾਂ ਪਹੁੰਚ ਚੁੱਕਿਆ ਆ, ਉਸ ਤੋਂ ਵੱਧ ਵੀ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵਧਣ ਦੀ ਉਮੀਦ ਹੈਗੀ ਹੈ। ਸੋ ਹਰ ਤਰ੍ਹਾਂ ਦਾ ਜਿਹੜਾ ਆਪਣਾ ਪ੍ਰੀਕੋਸ਼ਨਸ ਨੂੰ ਆਪਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ। ਸੋ ਮੌਸਮ ਵਿਭਾਗ ਨੇ ਚਿੰਤਾ ਜ਼ਾਹਿਰ ਕਰਦਿਆਂ ਲੋਕਾਂ ਨੂੰ ਪਾਣੀ ਦੀ ਲੋੜ ਮੁਤਾਬਕ ਹੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਦਿਨ ਪ੍ਰਤੀ ਦਿਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ, ਜਿਸ ਦੇ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਮੁਸੀਬਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ। ਸੋ ਇਸ ਕਰਕੇ ਪਾਣੀ ਦਾ ਸਹੀ ਅਤੇ ਲੋੜ ਮੁਤਾਬਕ ਹੀ ਇਸਤੇਮਾਲ ਕਰੋ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।